ਲਾਇਆ ਤੇ ਐਤ ਕੀ ਵੀ ਇਹਦੇ ਵਿੱਚ ਬਲੂ ਪੰਕ ਦੇ ਆਪਾਂ ਲਾ ਰਹੇ ਹਾਂ ਸਬੂਫਰ ਤੇ ਇਹਦੇ ਵਿੱਚ ਚਾਰ ਸਬੂਫਰ ਹੋਣਗੇ ਤੇ ਦੋ ਫਰੰਟ ਤੇ ਦੋ ਥੱਲੇ ਤੇ ਹੁਣ ਇਹਦੇ ਵਿੱਚ ਜਿਹੜਾ ਤੁਹਾਨੂੰ ਦੱਸਦਾ ਵੀ ਇਹਦੇ ਵਿੱਚ ਫਰਕ ਕੀ ਪਾਇਆ ਇਹ ਆਪਾਂ ਕਰਤਾ ਜੀ ਡਬਲ ਕੋਟਿੰਗ ਮੰਨ ਕੇ ਚੱਲੋ ਵੀ ਡਬਲ ਪ੍ਰੋਜੈਕਟਰ ਕਰਤਾ ਤੇ ਇਦਾਂ ਤੁਹਾਨੂੰ ਪੰਜਾਬ ਦਾ ਨਕਸ਼ਾ ਦਿਖ ਰਿਹਾ ਵੀ ਪੰਜਾਬ ਦਾ ਨਕਸ਼ਾ ਸਿਰਫ ਆ ਮੰਨ ਕੇ ਚੱਲੋ ਵੀ ਥੋੜੇ ਹਿਸਾਬ ਨਾਲ ਹੁਣ ਤਾਂ ਇਹ ਪੰਜਾਬ ਦਾ ਨਕਸ਼ਾ ਤੁਹਾਨੂੰ ਦਿਖ ਰਿਹਾ ਹੈਗਾ ਤੇ ਇਹਦੇ ਵਿੱਚ ਆਪਾਂ ਕੀ ਖਾਸ ਕਰਿਆ ਉਹ ਤੁਹਾਨੂੰ ਹੁਣ ਅ ਦਿਖਾਉਣਾਗਾ ਮੈਂ ਤੇ ਹੁਣ ਪੱਤਰ ਤਾਰਾਂ ਲਾ ਲਈਏਗਾ ਤੇ ਫਿਰ ਤੁਹਾਨੂੰ ਫਿਰ ਦਿਖਾਉਣਾ ਲੋਕ ਕਿਦਾ ਦੀ ਇਹਦੀ ਕਿੱਦਾਂ ਦੀ ਬਣਦੀ ਆ ਕਿੱਦਾਂ ਕਿੱਦਾਂ ਫਿਟਿੰਗ ਹੁੰਦੀ ਆ ਤੇ ਤੁਹਾਨੂੰ ਪਲੇਅਰ ਦਿਖਾ ਦਈਏ ਪਲੇਅਰ ਮੈਂ ਕਿਹੜਾ ਲਾ ਰਿਹਾ ਹਾਂ ਹਾਂਜੀ ਸੱਤ ਸ਼ੇਰ ਕਾਲ ਜੀ ਸਾਰਿਆਂ ਨੂੰ ਲੋ ਵੀ ਦੋਸਤੋ ਅੱਜ ਇੱਕ ਹੋਰ ਨਵੀਂ ਵੀਡੀਓ ਲਾ ਕੇ ਤੁਹਾਡੇ ਲਈ ਹਾਜ਼ਰਾਂਗੇ ਲੋ ਮਿੱਤਰੋ ਆਪਾਂ ਅੱਜ ਤਿਆਰ ਕਰ ਰਹੇ ਹਾਂ 9500 ਦਾ ਸਿਸਟਮ ਤੇ ਜਿਹਦੇ ਵਿੱਚ ਕੀ ਚਾਰ ਸਬੂਫਰ ਤੇ ਦੋ ਹਵਾ ਵਾਲੇ ਫਰੰਟ ਪਾਈਪ ਤੇ ਚਾਰ ਸਾਈਡਾਂ ਦੇ ਥੱਲੇ ਨੀਚੇ ਸਸਪੀਕਰ ਤੇ ਚਾਰ ਸਾਈਡਾਂ ਦੇ ਦੋ ਦੋ ਮੰਨ ਕੇ ਚੱਲੋ ਵੀ ਸਾਈਡਾਂ ਦੇ ਉੱਤੇ ਠੀਕ ਹੈ ਇਹ ਆਪਾਂ ਨਿਊ ਮਾਡਲ ਤਿਆਰ ਕੀਤਾ ਇਹਦੇ ਉੱਤੇ ਕਈ ਚੀਜ਼ਾਂ ਆਪਾਂ ਲਾਉਣੀਆਂ ਨੇ ਕਈ ਘੈਂਟ ਚੀਜ਼ਾਂ ਲਾ ਕੇ ਤੁਹਾਨੂੰ ਅੱਜ ਦਿਖਾਵਾਂਗੇ ਇਹਦੀ ਫਿਟਿੰਗ ਨਾਲੇ ਕਿਹੜੀ ਚੀਜ਼ ਆਪਾਂ ਨਵੀਂ ਲਾ ਰਹੇ ਹਾਂ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਅੱਜ ਮਿੱਤਰੋ ਨੌਲਜ ਵਾਲੀ ਵੀਡੀਓ ਆ ਕਲਾ ਕਲਾ ਸਟੈਪ ਬਾਈ ਸਟੈਪ ਦੇਖੋ ਮੇਰਾ ਵੀਰ ਠੀਕ ਹੈ ਨਾਲ ਤੁਹਾਨੂੰ ਦਿਖਾਵਾਂਗੇ ਪਲੇਅਰ ਜਿਹੜਾ ਇਹ ਉੱਤੇ ਲਾਵਾਂਗੇ ਤੇ ਕੀ ਕੁਝ ਆਪਾਂ ਇਹਦੇ ਵਿੱਚ ਹੋਰ ਨਵੀਆਂ ਟੈਕਨੀਕਾਂ ਲਾ ਰਹੇ ਆ ਠੀਕ ਹੈ ਉਸ ਨੂੰ ਅੱਜ ਦੱਸਾਂਗੇ ਮੇਰਾ ਭਰਾ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਮਿੱਤਰੋ ਤੇ ਹੁਣ ਆਪਾਂ ਇਹਦੀ ਮੇਨ ਫਿਟਿੰਗ ਕਰ ਲਈਏ ਤੁਹਾਨੂੰ ਕ ਸਟੈਪ ਬਾਈ ਸਟੈਪ ਸਾਰੀ ਫਿਟਿੰਗ ਆਪਾਂ ਸਮਝਾਵਾਂਗੇ ਕੀ ਕੀ ਉਹ ਦੇ ਵਿੱਚ ਫਿੱਟ ਹੁੰਦਾ ਮੇਰਾ ਭਰਾ ਲਓ ਮਿੱਤਰੋ ਇੱਧਰ ਆਪਣੇ ਹਰਜਿੰਦਰ ਹੁਣੀ ਪੁੱਤੀ ਆਖ ਰਾ ਬਾਈ ਪੇਟੀ ਦਾ ਇੱਧਰ ਆਪਣੇ ਨਾਲ ਲਾ ਕੇ ਛਤਰੀ ਦਾ ਕੰਮ ਕਰਨ ਠੀਕ ਹੈ ਤੇ ਇਹ ਤੇ ਡਿਜ਼ਾਈਨਿੰਗ ਡਿਜ਼ਾਈਨ ਕਰਨਗੇ ਤੁਹਾਨੂੰ ਦਿਖਾਵਾਂਗੇ ਅੱਜ ਵੀ ਕੀ ਬਣਦਾ ਇਹਦਾ ਕੀ ਕਿਦਾਂ ਦੀ ਲੁੱਕ ਬਣਦੀ ਆ ਲੁੱਕ ਬਣਦੀ ਆ ਤੇ ਥਰੂ ਇਹ ਤੁਹਾਨੂੰ ਇਹਦੇ ਤੇ ਜਿਹੜੇ ਜਿਹੜੇ ਇਹ ਲੋਗੋ ਨੂੰ ਤੁਹਾਨੂੰ ਲਾ ਕੇ ਦਿਖਾਵਾਂਗੇ ਫਿਰ ਦੱਸਿਓ ਕਿੱਦਾਂ ਦੇ ਲੱਗਦੇ ਨੇ ਤੇ ਉਧਰ ਵੀ ਕੰਮ ਚੱਲਦਾ ਆਪਣੀ ਦੁਕਾਨ 'ਚ ਇਧਰ ਵੀ ਇਧਰ ਹਰਜਿੰਦਰ ਉਹਨੇ ਛਤਰੀ ਦਾ ਕੰਮ ਕਰਦੇ ਆ ਆਪਾਂ ਕਰਦੇ ਆ ਪੇਟੀ ਦਾ ਤੇ ਬਸ ਮਿੱਤਰੋ ਫਿਰ ਤੁਹਾਨੂੰ ਇਹ ਦੁਬਾਰਾ ਦਿਖਾਉਨੇ ਆ ਵੀ ਕਿੱਦਾਂ ਦੀ ਫਿਟਿੰਗ ਹੁੰਦੀ ਆ ਠੀਕ ਹੈ ਨਾ ਵੀ ਮਿੱਤਰੋ ਕਰੋ ਚੈੱਕ ਤੇ ਸਪੀਕਰ ਮੇਨ ਆਪਾਂ ਥੱਲੇਲੇ ਸਪੀਕਰ ਪਾਤੇ ਤੇ ਫਰੰਟ ਵਾਲਾ ਜਿਹੜਾ ਬੈਕ ਤੇ ਲੱਗਣਾ ਉਹ ਸ਼ੀਸ਼ਾ ਵੀ ਆਪਾਂ ਪਾਤਾ ਤੇ ਇਹ ਸ਼ੀਸ਼ੇ ਦੇ ਵਿੱਚ ਕੀ ਕੁਝ ਆਪਾਂ ਕਰਿਆ ਉਹ ਵੀ ਤੁਹਾਨੂੰ ਦਿਖਾਉਨੇ ਆ ਵੀ ਕੀ ਆਪਾਂ ਇਤਕੀ ਫਰਕ ਪ ਤੇ ਇਹ ਸ਼ੀਸ਼ੇ ਦੇ ਵਿੱਚ ਸ਼ੀਸ਼ਾ ਅੱਗੇ ਵੀ ਆਇਆ ਤਾਂ ਆਪਾਂ ਲਾਏ ਆ ਤੇ ਐਤਕੀ ਆਹ ਸ਼ੀਸ਼ੇ 'ਚ ਆਪਾਂ ਕੀ ਫਰਕ ਪਾਇਆ ਉਹ ਤੁਹਾਨੂੰ ਦਿਖਾਉਣਾ ਤੇ ਬਾਕੀ ਫੀਟਿੰਗ ਚੈੱਕ ਕਰੋ ਤੇ ਸਾਈਡਾਂ 'ਤੇ ਸਪੀਕਰ ਹੈਗੇ ਤੇ ਸਬੂਫਰ ਹੈਗੇ ਤੇ ਉਧਰ ਕੁਲਦੀਪ ਸਬੂਫਰਾਂ ਦੇ ਤਾਰਾ ਵਗੈਰਾ ਲਾਈ ਜਾਂਦਾ ਬਲੂ ਪੰਕ ਦੇ ਆਪਾਂ ਸਬੂਫਰ ਐਤਕੀ ਯੂਜ਼ ਕਰਾਂਗੇ ਪਹਿਲਾਂ ਵੀ ਆ ਬਲੂ ਪੰਕ ਦੇ ਲਾਏ ਆ ਤੇ ਐਤਕੀ ਵੀ ਇਹਦੇ ਵਿੱਚ ਬਲੂ ਪੰਕ ਦੇ ਆਪਾਂ ਲਾ ਰਹੇ ਆ ਸਬੂਫਰ ਤੇ ਇਹਦੇ ਵਿੱਚ ਚਾਰ ਸਬੂਫਰ ਹੋਣਗੇ ਤੇ ਦੋ ਫਰੰਟ ਤੇ ਦੋ ਥੱਲੇ ਤੇ ਹੁਣ ਇਹਦੇ ਵਿੱਚ ਜਿਹੜਾ ਤੁਹਾਨੂੰ ਦੱਸਦਾ ਵੀ ਇਹਦੇ ਵਿੱਚ ਫਰਕ ਕੀ ਪਾਇਆ ਏ ਆਪਾਂ ਕਰਤਾ ਜੀ ਡਬਲ ਕੋਟਿੰਗ ਮੰਨ ਕੇ ਚੱਲੋ ਵੀ ਡਬਲ ਪ੍ਰੋਜੈਕਟਰ ਕਰਤਾ ਤੇ ਇਦਾਂ ਤੁਹਾਨੂੰ ਪੰਜਾਬ ਦਾ ਨਕਸ਼ਾ ਦਿਖ ਰਿਹਾ ਹੋਵੇ ਪੰਜਾਬ ਦਾ ਨਕਸ਼ਾ ਸਿਰਫ ਆ ਮੰਨ ਕੇ ਚੱਲੋ ਵੀ ਥੋੜੇ ਹਿਸਾਬ ਨਾਲ ਹੁਣ ਤਾਂ ਇਹ ਪੰਜਾਬ ਦਾ ਨਕਸ਼ਾ ਤੁਹਾਨੂੰ ਦਿਖ ਰਿਹਾ ਹੈਗਾ ਤੇ ਇਹਦੇ ਵਿੱਚ ਆਪਾਂ ਕੀ ਖਾਸ ਕਰਿਆ ਉਹ ਤੁਹਾਨੂੰ ਹੁਣ ਦਿਖਾਉਣਾਗਾ ਮੈਂ ਤੇ ਹੁਣ ਆਪਾਂ ਤਾਰਾਂ ਲਾ ਲਈਏਗਾ ਲਓ ਵੀ ਮਿੱਤਰੋ ਆ ਫਰਕ ਪਾਇਆ ਪੈ ਤੀ ਇਹਦੇ ਵਿੱਚ ਆਪਾਂ ਦੋ ਡਬਲ ਕੋਡਿੰਗ ਕਰਤੀ ਕਿਵੇਂ ਕਰਤੀ ਮੰਨ ਕੇ ਚੱਲੋ ਵੀ ਜਦੋਂ ਤਾਂ ਆਪਾਂ ਬਿਜ ਲਾਈਟ ਬੰਦ ਕਰਿਆ ਕਰਾਂਗੇ ਲਾਈਟ ਬੰਦ ਤੇ ਕੱਲਾ ਪੰਜਾਬ ਦਾ ਜਿਹੜਾ ਨਕਸ਼ਾ ਗਾ ਉਹ ਸਿਰਫ ਤੇ ਸਿਰਫ ਦਿਖਿਆ ਕਰੋ ਜਦੋਂ ਆਪਾਂ ਰਾਤ ਨੂੰ ਲਾਈਟ ਚਲਾਇਆ ਕਰਾਂਗੇ ਤੇ ਤੇ ਆਪਣੇ ਸਰਦਾ ਹਰੀ ਸਿੰਘ ਨਲੂਏ ਜੀ ਦੀ ਜੋ ਫੋਟੋ ਆ ਉਹ ਦਿਖਿਆ ਕਰੂਗੀ ਠੀਕ ਹੈ ਉਹ ਗਲੋ ਕਰਿਆ ਕਰੋ ਜਿੱਦਾਂ ਕਿ ਹੁਣ ਤੁਹਾਡੇ ਸਾਹਮਣੇ ਕਰ ਰਹੀ ਆ ਤੇ ਹੁਣ ਜਦੋਂ ਆਪਾਂ ਲਾਈਟ ਆਪ ਮੰਨ ਕੇ ਚੱਲੋ ਵੀ ਆਪਾਂ ਜੇ ਲਾਈਟ ਕਰਦੇ ਆ ਬੰਦ ਹਨ ਤੇ ਹੁਣ ਤੁਸੀਂ ਲਾਈਟ ਬੰਦ ਕਰੇ ਤਾਂ ਦੇਖਿਓ ਲਓ ਜੀ ਠੀਕ ਹੈ ਤੇ ਉਦਾਂ ਹੀ ਫੇਰ ਬਲੈਕ ਬਲੈਕ ਦੇ ਵਿੱਚ ਅ ਮੰਨ ਕੇ ਚੱਲੋ ਜਦੋਂ ਬਲੈਕ ਹੋ ਗਿਆ ਤੇ ਇਕੱਲਾ ਪੰਜਾਬ ਦਾ ਨਕਸ਼ਾ ਇਹਦੇ ਬਾਰੇ ਸੋਚਣ ਨੂੰ ਆਪਾਂ ਉਦੋਂ ਦੱਸਾਂਗੇ ਤੁਹਾਨੂੰ ਆਪਣੀ ਵੀਡੀਓ ਨੂੰ ਜਿਹੜਾ ਵੱਧ ਤੋਂ ਵੱਧ ਸ਼ੇਅਰ ਕਰੋਗੇ ਠੀਕ ਆ ਨੈਕਸਟ ਵੀਡੀਓ ਫਿਰ ਆਪਾਂ ਤੁਹਾਨੂੰ ਇਹ ਤੇ ਹੀ ਬਣਾ ਕੇ ਦੱਸਾਂਗੇ ਵੀ ਇਹ ਚੀਜ਼ ਆਪਾਂ ਕਿਵੇਂ ਬਣਾਈ ਆ ਕਿਵੇਂ ਲਾਈ ਆ ਠੀਕ ਆ ਵੀ ਕਿੱਦਾਂ ਦੀ 글로 ਲੋਕ ਆਈ ਆ ਕਿੱਦਾਂ ਪਾ ਚੀ ਸੋਚ ਕੇ ਲਾਈ ਆ ਹਨਾ ਤੇ ਇਹ ਤੁਹਾਨੂੰ ਫਿਰ ਨੈਕਸਟ ਵੀਡੀਓ ਉਦੋਂ ਪਾਵਾਂਗੇ ਜਦੋਂ ਆਪਣੀ ਚੰਗੀ ਵੀਡੀਓ ਨੂੰ ਵਿਊ ਆਗੇ ਤੇ ਫਿਰ ਤੁਹਾਡੇ ਲਈ ਇਹ ਚੀਜ਼ ਵੀ ਦੱਸਾਂਗੇ ਵੀ ਇਹ ਕਿੱਦਾਂ ਕਿੱਦਾਂ ਫਿਟਿੰਗ ਹੁੰਦੀ ਹੈ ਕਿੱਦਾਂ ਇਹ ਲੱਗਦੀ ਹੈ ਠੀਕ ਆ ਇਹ ਚੀਜ਼ ਬਾਰੇ ਤੁਹਾਨੂੰ ਫੇਰ ਦੱਸਾਂਗੇ ਹੁਣ ਫਿਲਹਾਲ ਇਹਦੇ ਆਪਾਂ ਸਾਈਡਾਂ ਦੇ ਸਪੀਕਰ ਤੇ ਫਰੰਟ ਵਾਲੇ ਸਬੂਫਰ ਆਪਾਂ ਲਾ ਲਈਏ ਤੇ ਫਿਰ ਤੁਹਾਨੂੰ ਫੇਰ ਦਿਖਾਉਣਾ ਹੈ ਲੋਕ ਕਿਦਾਂ ਦੀ ਇਹਦੀ ਕਿੱਦਾਂ ਦੀ ਬਣਦੀ ਆ ਕਿੱਦਾਂ ਕਿੱਦਾਂ ਫਿਟਿੰਗ ਹੁੰਦੀ ਆ ਤੇ ਤੁਹਾਨੂੰ ਪਲੇਅਰ ਦਿਖਾ ਦਈਏ ਪਲੇਅਰ ਮੈਂ ਕਿਹੜਾ ਲਾ ਰਹੇ ਹਾਂ ਦੇ ਉੱਤੇ ਪਲੇਅਰ ਆਪਾਂ ਖੁਦ ਆ ਤਿਆਰ ਕਰਿਆ ਹੋਇਆ ਸਭ ਤੋਂ ਪਲੇਅਰ ਠੀਕ ਆ 17 ਇੰਚ ਲੰਬਾਈ ਹੈ ਇਹਦੀ ਤੇ ਫਰੰਟ ਦੇਖ ਲਓ ਜੀ ਠੀਕ ਆ 17 ਇੰਚ ਦੀ ਲ ਕਾਫੀ ਜ਼ਿਆਦਾ ਆ ਗਏ ਤੇ ਇਹ ਤੋਂ ਬਾਅਦ ਚ ਬਸ ਆਪਾਂ ਚਲਾਉਨੇ ਆ ਇਹਨੂੰ ਤੇ ਕਰਦੇ ਆ ਰੈਡੀ ਤੁਹਾਨੂੰ ਦਿਖਾਉਨੇ ਆ ਵੀ ਕਿੱਦਾਂ ਦੀ ਇਹਦੀ ਫਿਨਿਸ਼ਿੰਗ ਆਉਂਦੀ ਹੈ ਸੱਜਣੋ ਠੀਕ ਹੈ ਬਣੇ ਰਹੋ ਵੀਡੀਓ ਨਾਲ ਲੋਈ ਮੇਟਰ ਸਪੀਕਰ ਸਾਰੇ ਕਸਤੇ ਸਾਈਡਾਂ ਵਾਲੇ ਵੀ ਕਸਤੇ ਤੇ ਆ ਵੀ ਆਪਾਂ ਸਾਰੇ 82 8 ਆਪਾਂ ਇਹਦੇ ਨਾਲ ਅੱਤਰ ਲਾ ਤੇ ਹੁਣ ਪੇਟੀ ਦਾ ਰਹਿ ਗਿਆ ਬੂਫਰ ਦਾ ਕੰਮ ਹੁਣ ਆਪਾਂ ਬੂਫਰ ਵੀ ਕਸ ਲਈਏ ਇਹਨੂੰ ਪੇਟੀ ਨੂੰ ਕਰ ਦਿਆਂ ਸਿੱਧੀ ਤੇ ਫਿਰ ਆਪਾਂ ਲਾਉਣੇ ਇਹਦੇ ਵਿੱਚ ਬੂਫਰ ਫਿਰ ਬਸ ਥੋੜੇ ਹੀ ਕੰਮ ਰਹਿ ਗਿਆ ਆਪਣਾ ਮੇਨ ਫਾਈਟਿੰਗ ਦਾ ਪਲੇਅਰ ਆਪਣਾ ਤਿਆਰ ਆ ਇਹਦੇ ਵਿੱਚ ਚਲਾ ਕੇ ਦੇਖਦੇ ਆਪਾਂ ਕਿੰਦਾਂ ਦੀ ਕੁਆਲਿਟੀ ਬਣਦੀ ਐ ਸੈਟ ਦੀ ਠੀਕ ਐ ਤੇ ਹੁਣ ਆਪਾਂ ਇਹਨੂੰ ਸਿੱਧੀ ਕਰ ਲਈਏ ਪੇਟੀ ਨੂੰ ਲੋ ਵੀ ਦੋਸਤੋ ਬਲੂ ਪੰਕ ਦੋਨੇ ਆਪਾਂ ਕਸਤੇ ਕਰੋ ਚੈੱਕ ਕਰੋ ਲੁੱਕ ਠੀਕ ਐ ਤੇ ਪਾਈਪ ਰਹਿ ਗਏ ਹਵਾ ਵਾਲੇ ਇਹ ਵੀ ਆਪ ਤੇ ਅੰਦਰੋਂ ਫਿਟਿੰਗ ਦੇਖੋ ਤੁਸੀਂ ਚੈੱਕ ਕਰੋ ਆਪਣੀ ਆਦਤ ਆ ਆਪਾਂ ਜੋੜ ਨਹੀਂ ਲਾਉਂਦੇ ਸਾਬੂਫਰਾਂ ਦਾ ਤੇ ਆਪਾਂ ਡੱਬੀ ਲਾਉਨੇ ਆ ਹੁਣ ਆਪਾਂ ਜੋੜਨ ਦਾ ਕੰਮ ਤਾਂ ਸੱਜਣੋਂ ਜਮੀ ਚੱਕਤਾ ਤੇ ਆਪਾਂ ਡੱਬੀ ਲਾਈ ਦੀ ਆ ਨਾ ਗਰਮ ਹੋਵੇ ਨਾ ਕੋਈ ਪ੍ਰੋਬਲਮ ਆਵੇ ਤੇ ਹੁਣ ਮੇਨ ਬੱਸ ਹੁਣ ਤੁਸੀਂ ਐ ਵੀ ਚੈੱਕ ਕਰ ਲਓ ਫੇਰਾ ਠੀਕ ਹੈ ਕਰੋ ਚੈੱਕ ਲੁੱਕ ਠੀਕ ਤੇ ਬਸ ਆਪਾਂ ਆ ਕਰ ਲਈਏ ਹੁਣ ਉੱਪਰ ਲੂਫਰ ਕਰਸ ਕੇ ਇਸ ਤੋਂ ਬਾਅਦ ਬਿਲਕੁਲ ਓਕੇ ਆ ਕਰਦੇ ਆਪਾਂ ਇਹਦੀ ਟੈਸਟਿੰਗ ਵੀ ਕਿੰਨੀ ਕਿ ਜੰਪਿੰਗ ਸਾਬੂਫਰਾਂ ਨੂੰ ਆਉਂਦੀ ਆ ਠੀਕ ਹੈ ਸੱਜਣੋਂ ਓਕੇ ਲੋ ਵੀ ਸਜਣੋਂ ਕਰੋ ਚੈੱਕ ਕਿ ਰਾਪਾ ਫਿਟਿੰਗ ਸਾਰੀ ਕਰਤੀ ਉੱਤੇ ਆਪਾਂ ਆਪਣੇ ਹੈਂਡ ਮੇਡ ਸਾਬੂ ਫਰ ਪਾਤੇ ਤੇ ਫਰੰਟ ਦੇ ਉੱਤੇ ਬਲੂ ਪੰਕ ਦੇ ਤੇ ਇਧਰ ਆਪਣਾ ਆ ਗਿਆ ਬੇਸ ਇੰਜਨ ਜੀ ਲੋ ਜੀ ਠੀਕ ਆ ਆਨ ਆਫ ਸੋਚ ਆਪਾਂ ਮੂਰੀ ਕਰਤੀ ਤੇ ਆ ਵਾਇਰਿੰਗ ਵੀ ਤੁਸੀਂ ਦੇਖ ਲਓ ਚੈੱਕ ਕਰ ਲਓ ਤੇ ਇਧਰ ਆਪਣਾ ਓਕੇ ਆ ਕੰਮ ਕਰ ਪਿੱਛੇ ਵੀ ਬਿਲਕੁਲ ਓਕੇ ਆ ਗੱਲਬਾਤ ਸਪੀਕਰ ਵਗੈਰਾ ਤੇ ਫੋਟੋ ਵਗੈਰਾ ਓਕੇ ਆ ਹੁਣ ਇਹਨੂੰ ਆਪਾਂ ਚਲਾ ਕੇ ਤਾਂ ਆਪਾਂ ਚੈੱਕ ਕਰ ਲਿਆ ਵੀ ਕਿਦਾਂ ਚੱਲਦਾ ਐਂਡ ਪੂਰਾ ਵਾਕਿਆ ਆਪਾਂ ਦੇਖ ਲਿਆ ਤੇ ਰਹੀ ਗੱਲ ਇਹਦੇ ਚੱਲਣ ਦੀ ਸੱਜਣੋ ਜੀਨੇ ਚੱਲਦਾ ਦੇਖਣਾ ਆਪਣੇ ਇੰਸਟਾਗ੍ਰam ਪੇਜ ਦੇ ਉੱਤੇ ਜਾ ਕੇ ਚੈੱਕ ਕਰੋ ਮਿਊਜ਼ਿਕ ਕਿੰਗ 9500 ਉਹਤੇ ਜਾ ਕੇ ਚੈੱਕ ਕਰਿਓ ਠੀਕ ਹੈ ਇਹਦੀ ਬੇਸ ਕੁਆਲਿਟੀ ਹੈੱਡਫੋਨ ਲਾ ਕੇ ਚੈੱਕ ਕਰੋ ਨਾਲੇ ਫੋਨ ਤੇ ਨਹੀਂ ਪਤਾ ਲੱਗਦਾ ਹੁੰਦਾ ਹੈੱਡਫੋਨ ਲਾ ਕੇ ਚੈੱਕ ਕਰਿਓ ਫਿਰ ਦੱਸਿਓ ਬਾਈ ਬੇਸ ਕੁਆਲਿਟੀ ਕਿੱਦਾਂ ਦੀ ਕਮੈਂਟ ਕਰਕੇ ਦੱਸਿਓ ਤੇ ਹੋਰ ਵੀ ਕਈ ਵੀਡੀਓ ਪਾ ਰੱਖੀ ਨੇ ਪੋਦੇ ਉੱਤੇ ਜਾ ਕੇ ਚੈੱਕ ਕਰਨ ਨਾਲ ਪੇਜ ਨੂੰ ਫੋਲੋ ਜ਼ਰੂਰ ਕਰਿਓ ਸੱਜਣੋ ਤੇ ਇਹਤੇ ਆਪਣੇ ਭਰਾ ਜਿਹੜੇ ਨਵੇਂ ਨੇ ਚੈਨਲ ਤੇ ਆਪਣੇ ਤੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਦੋਸਤੋ ਤੁਹਾਡੇ ਟਟ ਘੈਂਟ ਘੈਂਟ ਵੀਡੀਓ ਆਪਾਂ ਲੈ ਕੇ ਆਏ ਹਾਂ ਬਾਕੀ ਇਹ ਵੀ ਕਹੀ ਮੈਂ ਸ਼ੀਸ਼ੇ ਦੀ ਗੱਲ ਕਹੀ ਆ ਤੁਹਾਨੂੰ ਵੀ ਜੇ ਮੇਰਾ ਭਰਾ ਹਨਾ ਵੱਤ ਵਤ ਵੀਡੀਓ ਸ਼ੇਅਰ ਕਰੋਗੇ ਤੇ ਲਾਈਕ ਕਰੋਗੇ ਆਪਾਂ ਇਹਦੇ ਬਾਰੇ ਵੀਡੀਓ ਲੈ ਕੇ ਆਵਾਂਗੇ ਕਿ ਕਿੱਦਾਂ ਬਣਾਇਆ ਆਪਾਂ ਕਿਵੇਂ ਬਣਾਇਆ ਠੀਕ ਹੈ ਤੇ ਬਾਕੀ ਦੋਸਤੋ ਮਿਲਦੇ ਆਂ ਘੈਂਟ ਜੇ ਨੈਕਸਟ ਵੀਡੀਓ ਚ ਇਹਦੇ ਦੂਜੇ ਪਾਰਟ ਚ ਜਦੋਂ ਆਪਾਂ ਟਰੈਕਟਰ ਤੇ ਇਹਨੂੰ ਫਿੱਟ ਕਰਾਂਗੇ ਫਿਰ ਦੱਸਾਂਗੇ ਵੀ ਤੇ ਕੀ ਕੁਝ ਹੋਰ ਲਾਉਣ ਵਾਲਾ ਪਿਆਗਾ ਤੇ ਨੈਕਸਟ ਵੀਡੀਓ ਦੇ ਵਿੱਚ ਆਪਾਂ ਨੈਕਸਟ ਪਾਰਟ ਦੇ ਵਿੱਚ ਮੰਨ ਕੇ ਚਲੋ ਵੀ ਇਹ ਪਹਿਲਾ ਪਾਰ ਆ ਦੂਜੇ ਪਾਰ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਵੀ ਕਿੱਦਾਂ ਇਹ ਚੱਲਦਾ ਠੀਕ ਆ ਕੀ ਗੱਲ ਬਾਤ ਆ ਕਿੰਨੇ ਕੁ ਐਂਪੀਅਰ ਉੱਥੇ ਲੈਂਦਾ ਇੱਥੇ ਆਪਣੇ ਘੋੜਾ ਬੈਠ ਰਿਹਾ ਇਹਨੂੰ ਕੋਈ ਚੱਕਰ ਨਹੀਂ ਪੈਂਦਾ ਤੇ ਜਾ ਕੇ ਕਿਹਾ ਚ ਇੱਕ ਜਰੂਰ ਕਰੇ ਦੋਸਤੋ ਇੰਸਟਾਗ੍ਰam ਤੇ ਠੀਕ ਆ ਬਣਦੇ ਤੇ ਮਿਲਦੇ ਆ ਤਾਂ ਦੀ ਘੈਣ ਜੀ ਨੈਕਸਟ ਵੀਡੀਓ ਓਕੇ ਮਿੱਤਰੋ ਬਾਏ